ਏ ਆਕਾਸ਼ਵਾਨੀ ਜੰਮੂ ਐਸਪੀਲੇ ਦੀਆਂ ਖਬਰਾਂ ਕਰਨੇ ਮਾ ਪੂਨਮ ਡੋਗਰਾ। ਅਯੁੱਧਿਆ ਚ ਕਲ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਠਾ ਸਮਾਰੋਹ ਮਗਰਾ ਨਵਾਂ ਬਣਾਇਆ ਗਿਆ ਇਹ ਮੰਦਿਰ ਅੱਜ ਥਮਾ ਆਮ ਜਨਤਾ ਲਈ ਖੋਲੀ ਦਿੱਤਾ ਗਿਆ ਹੈ। ਅੱਜ ਬੜਲੇ ਮੂਨੇਰੇ 3 ਵਜੇ ਕੋ ਲਾਗੇ ਖਰੀਮਤੀ ਗਿੰਦਰੀ ਚ ਸ਼ਰਦਾਲੂ ਪੂਜਾ ਅਰਚਨਾ ਤੇ ਰਾਮ ਲਲਾ ਦੇ ਦਰਸ਼ਨ ਲਈ ਉੱਥੇ ਪੁਜਾਰ ਦੇਣਾ ਦਰਸ਼ਨਾਂ ਦਾ سلسلہ ਬੜਲੇ 7 ਵਜੇ ਸ਼ਾ ਚੱਲੀ ਹੈ ਕੱਲ ਅਯੁੱਧਿਆ ਚ ਬੜੇ ਵੱਡੇ ਤੇ ਸ਼ਾਨਦਾਰ ਸਮਰੋਹ ਚ ਰਾਮ ਲਲਾ ਦੀ ਪ੍ਰਾਨ ਪ੍ਰਤੀਸ਼ਠਾ ਕੀਤੀ ਗਈ ਜਿਹਦੇ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਪੁਜਾਰੀਆਂ ਕਨੇ ਪ੍ਰਮੁਖ ਅਨੁਸ਼ਟਾਨ ਕੀਤਾ ਰਾਮ ਲਲਾ ਪ੍ਰਾਨ ਪ੍ਰਤਿਸ਼ਠਾ ਦੇ سلسلے ਚ ਕੱਲ ਮੁਲਕ ਪਰ ਅਚ ਜਸ਼ਨ ਮਨਾਏ ਗਏ ਤੇ ਮੰਦਿਰ ਚ ਵਿਸ਼ੇਸ਼ ਪੂਜਾ ਅਰਚਨਾ ਦੀ ਵਿਵਸਥਾ ਵੀ ਕੀਤੀ ਗਈ ਹੀ ਸਮਰੋਹ ਚ ਮੁਲਕ ਪਰ ਥਵਾ ਸਭ ਨੇ ਪ੍ਰਮੁੱਖ ਅਧਿਆਤਮਿਕ ਤੇ ਧਾਰਮਿਕ ਸੰਪਰਦਾਇਆਂ ਦੇ ਪ੍ਰਤੀਨਿਧੀਆਂ ਦੇ ਇਲਾਵਾ ਬਕਬਕ ਜਨਜਾਤੀ ਸਮੁਦਾਇ ਦੇ ਪ੍ਰਤੀਨਿਧੀਆਂ ਤੇ ਬਕਬਕ ਰਾਜਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਥਵਾ ਲੋਕੇ ਇਸਾ ਲਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਸੂਰਯੋਦੇ ਯੋਜਨਾ ਦਾ ਐਲਾਨ ਕੀਤਾ ਹੈ ਜਿਤੇ ਤਾਤ ਇੱਕ ਕਰੋੜ ਪਰਿਵਾਰਾਂ ਗੀ ਘਰਾਂ ਦੀ ਛੱਤ ਉੱਪਰ ਸੂਰਜ ਦੀ ਰੋਸ਼ਨੀ ਕੰਨੇ ਚੱਲਣ ਵਾਲੀ ਸੋਰ ਊਰਜਾ ਪ੍ਰਣਾਲੀ ਦੀ ਸੁਵਿਧਾ ਆਸ ਲੋਗ ਇੱਕ ਸੋਸ਼ਲ ਮੀਡੀਆ ਪੋਸਟ ਉੱਪਰ ਮੋਦੀ ਹੋ ਰੰਗਲਾਇਆ ਜੇ ਦੇਸ਼ ਦੇ ਲੋਕਾਂ ਕੋਲ ਆਪਣੇ ਛੱਤ ਉੱਪਰ ਸੋਰ ਪ੍ਰਣਾਲੀ ਉਹਨੀ ਲੋਟਸ ਦੀ ਹੈ ਉਹਨੇ ਗਲਾਇਆ ਜੇ ਇਹ ਦੇ ਕੰਨੇ ਨਾਛੜਾ ਗਰੀਬੇ ਤੇ ਮੱਧਮ ਵਰਗ ਦੇ ਬਿਜਲੀ ਦੇ ਬਿੱਲ ਚ ਕਮੀ ਆਗ ਸਗੁਆ ਭਾਰਤ ਊਰਜਾ ਖੇਤਰ ਚ ਵੀ ਆਤਮ ਨਿਰਭਰ ਬਣੇ ਸਕੋਗ राम मंदिर प्राण प्रतिष्ठा समारोह दजशन मनाने ਲਈ ਇੱਕ ਕਾਰਜਕ੍ਰਮ ਜਿਸਾ ਲਾਣੇ ਮਗਰਾ ਕੇਂਦਰੀ ਵਿਗਿਆਨ ਤੇ ਪ੍ਰਦੋਗ ਕੀ ਰਾਜ ਮੰਤਰੀ ਡਾਕਟਰ ਜਿਤਿੰਦਰ ਸਿੰਘ ਹੋ ਰੇਗਲਾਇਆ ਜਿਸ ਸਭੇਤਾ ਦੇ ਪੁਨਰ ਉਥਾਨ ਦੇ ਇਸ਼ਨ ਗੀਤ ਦਿਖਣੇ ਲਈ ਬੀ ਪੇੜੀਆਂ ਦਾ ਬਲੀਦਾਨ ਦਿੱਤਾ ਗਿਆ ਉਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦਾ ਧਨਵੇਦ ਕੀਤਾ ਤੇ ਗਲਾਇ ਜੇ ਪ੍ਰਧਾਨ ਮੰਤਰੀ ਹੁੰਦੇ ਲਗਾਤਾਰ ਸੰਕਲਪ ਪ੍ਰਤੀਬੱਧਤਾ ਤੇ ਧ੍ਰਿੜ ਸੰਕਲਪ ਨੇ ਭਗਵਾਨ ਰਾਮ ਹੁੰਦੇ ਕਰਨੇ 140 ਕਰੋੜ ਪਾਰਤੀਆਂ ਦੇ ਇਸ ਦਿਵਯ ਸਰਬੰਧ ਕੀ ਸਖਸ਼ਮ ਤੇ ਪੂਰਾ ਕੀਤਾ ਰਾਸ਼ਟਰਪਤੀ ਧਰੁਪਤੀ ਮੁਰਮੂਰ ਨੇ ਜੰਦੀ ਸੰਜਨ ਅਮੀ ਦਿੱਲੀ ਚ ਆਸਾਧਾਰਨ ਸ਼ਮਤਾਇ ਤੇ ਪ੍ਰਤਿਭਾਏ ਅਲੇ 19 ਬੱਚੇਂ ਕੀ ਰਾਸ਼ਟਰੀ ਬਾਲ ਪੁਰਸਕਾਰ ਕਰਨੇ ਸਨਮਾਨਿਤ ਕੀਤਾ ਜੇਤੂ ਬੱਚੇਂ ਕੀ ਕਲਾ ਤੇ ਸੰਸਕ੍ਰਿਤੀ ਬਾਦਰੀ ਨਵਾਂਚਾਰ ਸਮਾਜਿਕ ਸੇਵਾ ਤੇ ਖੇਡ ਦੇ ਖੇਤਰ ਚ ਉੰਦੀ ਉਪਲਬਧੀਆਂ ਲਈ ਦੇਸ਼ ਦੇ ਸਭ ਨੇ ਖੇਤਰੇ ਥਮਾ ਚੁਣਿਆ ਗਿਆ ਦਾ ਹ ਪੁਰਸਕਾਰ ਵਿਜੇਤਾਇਂ ਚ 18 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਥਮਾ ਨੌ ਜਾਗਤ ਤੇ 10 ਕੁੜੀਆਂ ਸ਼ਾਮਲ ਹੀਆਂ ਜੰਮੂ ਕਸ਼ਮੀਰ ਦੇ ਇਸ਼ਫਾਕ ਹਮੀਦ ਹੋਰ ਵੀ ਉਹਨਾਂ 19 ਬੱਚੇ ਚ ਸ਼ਾਮਲ ਨ ਜਿਨੇ ਕੀ ਰਾਸ਼ਟਰਪਤੀ ਹੋ ਰਹੇ ਰਾਸ਼ਟਰੀ ਬਾਲ ਪੁਰਸਕਾਰ ਕਰਨੇ ਸਨਮਾਨਿਤ ਕੀਤਾ ਬਾਰਾਮੂਲਾ ਦੇ ਕਰੇਰੀ ਇਲਾਕੇ ਚ ਰੋਨੇ ਵਾਲਾ 12 ਬਰੇ ਦੀ ਉਮਰ ਦਾ ਇਸ਼ਫਾਕ ਹਮੀਦ ਲੋਕੀ ਉਮਰ ਥਮਾ ਗਏ ਰਬਾਬ ਤੇ ਮਟਕਾ ਚ ਮਾਰਤ ਹਾਸਲ ਕਰ ਚੁਕੇ ਦਾ ਹਮੀਦ ਕੀ 220 ਬਰੇ ਚ 22 ਮਰਦਾਨਾ ਰਾਸ਼ਟਰੀ ਪੁਰਸਕਾਰ ਕਰਨੇ ਵੀ ਸਨਮਾਨਿਤ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਹੇ ਬਾਲਾ ਸਾਹਿਬ ਠਾਕਰੇ ਦੀ ਜਨਤੀ ਉਪਰ ਉਹਨੇ ਕਿ ਸ਼ਰਧਾਂਜਲੀ ਅਰਪਿਤ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਚ ਪ੍ਰਧਾਨ ਮੰਤਰੀ ਹੋ ਰਹੇ ਗਲਾਇਆ ਜੇ ਉਹ ਇੱਕ ਮਹਾਨ ਵਿਅਕਤੀ ਹੈ ਜਿੰਦਾ ਮਹਾਰਾਸ਼ਟਰ ਦੇ ਰਾਜਨੀਤਿਕ ਤੇ ਸਾਂਸਕ੍ਰਿਤਿਕ ਪਰਿਦਰਸ਼ਿਓ ਉਪਰ ਗਹਿਰਾ ਪ੍ਰਭਾਵ ਰਿਹਾ ਮੋਦੀ ਹੋ ਰਹੇ ਗਲਾਇਆ ਜੇ ਬਾਲਾ ਸਾਹਿਬ ਹੋ ਰਹੇ ਆਪਣੀ ਜਿੰਦਾਦਿਲੀ ਕੰਮ ਪ੍ਰਤੀ ਪੂਰੀ ਨਿਸ਼ਠਾ ਤੇ ਗਰੀਬ ਤੇ ਦਬੋਏ ਲਤੜੋਏ ਦੇ ਲੋਕਾਂ ਦੇ ਅੱਖ ਚ ਬੋਲਣ ਦੀ ਉੰਦੀ ਬੇਮਿਸਾਲ ਕਾਬਲੀਅਤ ਕਰੀ ਮੇਸ਼ਾ ਲੋਕ ਦੇ ਮਨ ਚ ਜਿੰਦਾ ਰੋਂਗਨ ਕਰਮਕੰਤ ਸ਼ਹਿਰੀ ਵਿਕਾਸ ਵਿਭਾਗ ਦੀਆਂ ਕਮਿਸ਼ਨਰ ਸੈਕਟਰੀ ਮਨਦੀਪ ਕੋਰੋਂ ਨੇ ਕੱਲ ਉਦੰਪੁਰ ਜ਼ਿਲ੍ਹੇ ਦਾ ਵਿਆਪਕ ਦੌਰਾ ਲਾਇਆ ਇਸ ਦੌਰਾਨ ਉਹਨੇ ਦੇਵਿਕਾ ਕੀ ਨਵੇਂ ਸਿਰਿਆਂ ਵਿਕਸਿਤ ਕਰਨੇ ਸਰਬੰਦੀਪਰੀ ਯੋਜਨਾ ਸੀਵਰੇਜ ਟ੍ਰੀਟਮੈਂਟ ਸੈਯੰਤਰ 1 ਤੇ 3 ਤੇ ਦੇਵਿਕਾ ਘਾਟ ਉੱਪਰ ਕੀਤੇ ਜਾ ਰਹੇ ਬਕਬਕ ਕਮੇਂ ਦਾ ਜਾਇਜ਼ਾ ਵੀ ਲਿਆਤਾ ਇਸ ਮੌਕੇ ਉਹਨੇ ਸਭ ਨੇ ਕਰੇਗੀ ਟ੍ਰੀਟਮੈਂਟ ਸੈਯੰਤਰ ਕਨੇ ਜੋੜਨੇ ਤੇ ਘਾਟ ਉੱਪਰ ਸਾਫ ਸਫਾਈ ਬਣਾਈ ਰੱਖਣੇ ਕੀ ਲੇਬੀ ਘਲਾਇਆ ਉਨੇ ਨਗਰ ਪ੍ਰੀਸ਼ਦ ਉਦਮਪੁਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੀ ਕਾਰਕਾਰਾ ਸਮਾ ਕੂੜਾ ਇਕੱਠੇ ਕਰਨ ਦੇ ਇਲਾਵਾ ਇਹਦੇ ਉਚਿਤ ਨਿਪਟਾਨ ਦੀ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ। ਉਨੇ ਮੁਤਲਕਾ ਅਧਿਕਾਰੀਆਂ ਗੀ ਸ਼ਾਰੀ ਖੇਤਰਾਂ ਦੀ ਸਾਫ ਸਫਾਈ ਤੇ ਇਸੀ ਸ਼ੈਲਸਨਾ ਕੜਾ ਬਣਾਏ ਰੱਖਣੇ ਲਈ ਵੀ ਕਹਲਾਇਆ। ਐਸਬੀਆਈ ਤੋਂ ਡੋਡਾ ਦੇ ਗ੍ਰਾਮੀਣ ਸਵੈ ਰੋਜ਼ਗਾਰ ਸਿਖਲਾਈ ਕੇਂਦਰ ਦੀ ਸੰਚਪਾਲਿਕ ਨੇ बलेसा ब्लॉक के दूर दरेड़े ददकई भी ग्रां दें महिलाएं ल्री दिन चलने वाले सिखलाई कोर्स का आयोजन किया गया है नबार्ड आसा दी गाली मदद के सहयोग ने इस कोर्स का उद्देश्य खिते सभा दूर दराज ग्रां दें महिलाएं सिखलाई हुनर की सिखलाई दे बनाना है इस मौके पर ग्रामीण स्वयं रोजगार सिखलाई केंद्र डोडा निदेशक राजेश कुमार मुकामी सरपंच भी उतर मौजूद हैं ਪ੍ਰੋਗਰਾਮ ਕਰਨੇ 35 ਮਹਿਲਾ ਜੁੜੀਆਂ ਜਿੰਦੇ ਸ਼ਾ ਦਿਖਣੇ ਤੇ ਸੁਣਨ ਚ ਅਸਮਰਥ ਗਿਛ ਖਾਸ ਮਹਿਲਾ ਵੀ ਸ਼ਾਮਿਲ ਹੀਆਂ ਇਸ ਪੈਲ ਕਦਮੀ ਦਾ ਉਦੇਸ਼ ਗ੍ਰਾਂਧ ਦੀ ਮਹਿਲਾਏ ਚ ਸਵੈ ਰੋਜ਼ਗਾਰ ਦੀ ਭਾਵਨਾ ਪੈਦਾ ਕਰਨਾ ਤੇ ਉਨਦੇ ਉਨਰ ਚ ਇਜਾਫਾ ਕਰੀਏ ਉਹਨਾਂ ਗੀ ਆਰਥਿਕ ਤੌਰ 'ਤੇ ਸਸ਼ਕਤ ਬਣਾਨਾ ਹੈ ਇਹ ਦੇ ਕਨੇਗੇ ਇਸ ਬਲੇ ਦਾ ਇਹ ਬੁਲੇਟਿਨ ਸਮਾਪਤ ਹੋਆ